ਰਾਮ ਰਾਮ ਜੀ ਸਾਰਿਆਂ ਨੇ, ਆਪਣੀ ਕਾਕੀ ਤਾਈ ਬਾਣ ਬਾਈ ਔਰ ਬੁਆ, ਜਿੰਨੇ ਵੀ ਆਪਣੇ ਰਿਸ਼ਤੇਦਾਰ ਦੇਖੇ ਹੈ, ਆਪਣੇ ਆਸ ਪੜੋਸ ਵਾਲੇ ਦੇਖੇ ਹੈ ਔਰ ਜਿੰਨੇ ਵੀ ਆਪਣੀ ਫੈਮਿਲੀ ਤੋਂ ਹੈ ਵੀ, ਯੂਟਿਊਬ ਫੈਮਿਲੀ ਜਿਨ ਹਮ ਜਾਣਦੇ ਵੀ ਨਹੀਂ ਔਰ ਜੋ ਹਮਨੇ ਫਿਰ ਵੀ ਡੇਲੀ ਰੂਟੀਨ ਪਰ ਦੇਖਣਾ ਪਸੰਦ ਕਰਿਆ ਹੈ, ਸਭ ਨੇ ਮੇਰੀ ਰਾਮ ਰਾਮ। ਤੋ ਆਜ ਹੈ 21 ਮਾਰਚ 2023, ਅੱਜ ਆਪਣੀ ਸ਼ਾਦੀ ਨੇ 2 ਸਾਲ ਕੰਪਲੀਟ ਹੋ ਗਿਆ ਪੂਰੇ। 21 ਮਾਰਚ 2021 ਨੇ ਆਪਣੀ ਸ਼ਾਦੀ ਥੀ ਔਰ 2 ਸਾਲ ਮੈਨੇ ਕੰਪਲੀਟ ਕਰ ਲਈ ਹੈ ਸ਼ਾਦੀ ਕੇ। ਤੋ ਅਗਰ ਆਪ ਲੋਕ ਮੈਨੂੰ ਵਧਾਈ ਦੇਣਾ ਚਾਹੋ ਤੋ ਦੇ ਸਕੋ। ਔਰ ਬਹਿਣ ਜੀ ਕਾ ਵੀ ਸਵੇਰੇ 4 ਵਜੇ ਕਾ ਮੈਸੇਜ ਆ ਰਿਹਾ ਹੈ, ਹੈਪੀ ਮੈਰਿਜ ਐਨੀਵਰਸਰੀ ਚੰਦੂ। ਚੰਦੂ ਉਹ ਮੇਰੇ ਲਾਡਾ ਚੰਦੂ ਕਹਿ ਆ ਗਏ, ਚੰਦੂ ਚੰਦਾ ਚਾਂਦ ਇਸ ਟਾਈਪ। ਯੋ ਆਪਣਾ ਨਯਾਬ ਤੋਹਫਾ ਦੇਖ ਲਓ, ਜਮਾ ਜਿਗਰ ਕਾ ਟੁਕੜਾ ਜਿਸਨੇ ਕਹਿ ਆਕਰੇ, ਯੋ ਆਪਣਾ ਵੋ ਬਾਲਕ ਨਵੀ। ਆਪ ਡੇਲੀ ਮਿਲ ਲੈਤੇ ਹੋਗੇ ਮੇਰੀ ਵਲੋਗਿੰਗ ਕੇ ਟਾਈਮ, ਯਾ ਵੀ ਵਲੋਗਿੰਗ ਹਰਿਆਣਵੀ ਮੈਂ ਕਰੂੰਗੀ। ਤੋ ਮੇਰਾ ਜੀ ਕਰ ਰਿਹਾ ਹਰਿਆਣਵੀ ਮੈਂ ਕਰਨ ਕਾ, ਮੇਰੀ ਹੋਰ ਵੀ ਜਿਤਨੀ ਬਾਣ ਹੈ ਜੋ ਮੇਰੇ ਜੀ ਸੀ ਹੈ ਜਿਨਕੀ ਐਨੀਵਰਸਰੀ ਹੋਵੇ ਔਰ ਕਿਸੇ ਨੂੰ ਮਤਲਬ ਉਹਨਕੇ ਮਨ ਮੈਂ ਵੀ ਐਕਸਾਈਟਮੈਂਟ ਹੋਤੀ ਹੋਗੀ ਸਵੇਰੇ ਸਵੇਰੇ ਉੱਠੇ, ਹੈਪੀ ਐਨੀਵਰਸਰੀ ਭਾਬੀ, ਹੈਪੀ ਐਨੀਵਰਸਰੀ ਦੀਦੀ, ਹੈਪੀ ਐਨੀਵਰਸਰੀ ਬੇਟਾ, ਐਸਾ ਕੁਛ ਸੁਣਨੇ ਕੋ ਮਿਲੇ ਲੇਕਿਨ ਮਿਲਤਾ ਨਹੀਂ ਹੋਏਗਾ ਵੀ ਹਮ ਗਾਂਵ ਕੀ ਬੋ ਗਏ ਹੈ। ਗਾਂਵ ਮੈਂ ਯੇ ਸਾਰੇ ਚੀਜ਼ ਨਾ ਚੋਚਲੇ ਮਾਨੇ ਜਾਤੇ ਹੈ, ਕਿਆ ਹੈ ਕਿਆ ਐਨੀਵਰਸਰੀ, ਔਰ ਸ਼ਹਿਰ ਕੇ ਲੋਕ ਤੋਂ ਬਈ ਹੂੰ ਧੂਮ ਦੜਾਕਾ, ਰਾਤ ਕੇ 12-12 ਵਜੇ ਕੇਕ ਕੱਟ ਕਰਤੇ ਹੈ, ਉਹੀ ਕੋਲ ਐਨੀਵਰਸਰੀ ਹੈ, ਪਾਰਲਰ ਮੇਂ ਤਿਆਰ ਹੋ ਕੇ ਆਏਗੀ, ਮਸਤ ਡਰੈਸ ਪੇ ਖਰਚਾ, ਔਰ ਸਬਸੇ ਮੇਨ ਰੋਲ ਕਿਆ ਹੋਤਾ ਹੈ, ਉਨਕੇ ਹਸਬੈਂਡ ਨਾ ਉਨਕੋ ਇਤਨੇ ਮਹਿੰਗੇ ਮਹਿੰਗੇ ਗਿਫਟ ਦੇਤੇ, ਮਹਿੰਗੇ ਨਾ ਲੇਕਿਨ ਨਾਰਮਲ ਵੀ ਗਿਫਟ ਦੇਤੇ ਹੈ, ਲੇਕਿਨ ਪਤਾ ਗਾਂਵ ਵਾਲੋ ਗਾਂਵ ਵਾਲੀ ਜੋ ਬਵੀ ਹੋਤੀ ਉਨਕੀ ਲਾਈਫ ਮੈਂ ਐਸਾ ਕੁਛ ਨਹੀਂ ਹੋਤਾ। ਸੋ ਜੈਸੇ ਔਰ ਦਿਨ ਹੋਤੇ ਹੈ ਆਪਣਾ ਕਾਮ ਕੀਆ ਖਾਇਆ ਪੀਆ ਸੋ ਗਏ, ਐਨੀਵਰਸਰੀ ਗਈ। ਮੇਰੀ ਔਰ ਕੋਈ ਭੈਣ ਜੋ ਮੇਰੇ ਕੋ ਦੇਖ ਰਹੀ ਹੋਗੀ, ਸੋਰੀ ਹਰਿਆਣਵੀ ਮੈਂ ਆਤੇ, ਮੇਰੀ ਔਰ ਕੋਈ ਬਾਣ ਜੋ ਮੈਨੇ ਦੇਖ ਰਹੀ ਹੋਗੀ, ਉਹ ਪੱਕਾ ਰਿਲੇਟ ਕਰਤੀ ਪਾਓਗੇ ਮੇਰੇ ਤੇ, ਹਾਂ ਇਸ ਜੀਜੀ ਗੇਲ ਵੀ ਆ ਬਣਿਆ, ਹਾਏ ਮਾਰੀ ਗੇਲ ਵੀ ਆਏ ਬਣਿਆ ਹੈ, ਬੇਬੇ ਗਾਂਵ ਕੀ ਸਾਰੀ ਭੂਆ ਗੇਲ ਵੀ ਆਏ ਬਣਿਆ ਕਰੇ, ਟੈਨਸ਼ਨ ਨਾ ਲੇ, ਅਗਲੇ ਜਨਮ ਮੈਂ ਨਾ ਹੱਥ ਜੋੜ ਲਓ ਸ਼ਹਿਰ ਵਾਲੇ ਕਾ ਵਿਆਹ ਕਰਵਾਈਓ, ਇਹ ਸਾਰੇ ਜੋ ਚਲੇ ਚਾਹੀਏ। ਤੋ ਔਰ ਬਈ ਪਤਾ ਲੜਕੀ ਕਾ ਤੋ ਯੂੰ ਲੜਕੀ ਕਾ ਤੋ ਯੂੰ ਮਨ ਹੋਤਾ ਹੈ ਕਿ ਬਈ ਉਸਕੋ ਵੀ ਯੂੰ ਵਿਸ਼ ਕਰਨੇ ਵਾਲਾ, ਉਹ ਰਾਤ ਕੋ 12 ਵਜੇ ਕੇਕ ਕਟਿੰਗ ਹੋਏ, ਹਸਬੈਂਡ ਉਸਕੋ ਪਿਆਰਾ ਸਾ ਗਿਫਟ, ਤੁਸੀਂ ਪਾਰਲਰ ਮੇਂ ਬੰਠਣ ਕੇ ਆਏ, ਨਈ ਨਈ ਡਰੈਸ ਪਹਿਨੇ, ਵੈਸੇ ਸੂਟ ਤੋ ਮੇਰਾ ਨਯਾ ਹੈ, ਉਹ ਅਲੱਗ ਬਾਤ ਹੈ, 1-2 ਹਫਤਾ ਪਹਿਲੇ ਕਾ ਸਿਲਾ ਰੱਖਾ ਹੈ, ਮੈਨੇ ਆਜ ਕੇ ਦਿਨ ਕੇ ਲਈ ਯੂੰ ਬਚਾ ਕੇ ਰੱਖਾ, ਮੈਂ ਐਨੀਵਰਸਰੀ ਵਾਲੇ ਦਿਨ ਪਹਿਨੂੰਗੀ, ਕਿਆ ਪਤਾ ਅੱਛੀ ਲੱਗ ਜਾਊਂ। ਤੋ ਬਈ ਇਹ ਆਪਣਾ ਸੂਟ ਹੈ, ਸਸਤਾ ਸਾ ਹੀ ਸੂਟ ਹੈ, ਬਸ ਐਸਾ ਹੀ ਹੈ, 950,000 ਕਾ, ਜ਼ਿਆਦਾ ਮਹਿੰਗਾ ਮੈਂ ਕਿਹਾ ਕਿਆ ਕਰਨਾ ਹੈ, ਮਹਿੰਗਾ ਪਹਿਨ ਕੇ ਖਰਾਬ ਹੋ ਜਾਤਾ ਹੈ ਮਹਿੰਗਾ। ਕਾਮ ਵਾਮ ਅੱਜ ਬਹੁਤ ਹੈ, ਮੈਨੇ ਸਿਰਫ ਪੋਚਾ ਲਗਾਇਆ ਮੈਂ ਕਿਉਂਕਿ ਜਾ ਰਹੀ ਹਾਂ ਰੋਹਤਕ, ਇੱਕ ਵਾਰ ਚਸ਼ਮਾ ਗੁੰਮ ਹੋ ਗਿਆ ਯਾਰ, ਨਹੀਂ ਤਾਂ ਮੈਂ 2-3 ਦਿਨ ਪਹਿਲਾਂ ਹੀ ਚਲੀ ਜਾਂਦੀ, ਚਸ਼ਮਾ ਨਹੀਂ ਮਿਲਿਆ, ਪੂਰਾ ਘਰ ਛਾਨ ਗਿਆ, ਤਾਂ ਪਹਿਲਾਂ ਚਸ਼ਮਾ ਬਣਵਾਉਂਗੀ, ਫਿਰ ਜਾਊਂਗੀ ਜੱਜਰ ਸੇ ਵਰਦੀ ਉਠਾ ਕੇ ਲਾਊਂਗੀ, ਛਾਪੇ ਛਾਪੇ ਚੱਲ ਰਹੇ ਹਾਂ, ਕੁਛ ਸਮਝ ਨਹੀਂ ਆ ਰਿਹਾ ਜ਼ਿੰਦਗੀ ਮੈਂ ਚੱਲ ਕਿਆ ਰਿਹਾ, ਔਰ ਯਹਾਂ ਵਿੱਚ ਮੈਂ ਐਨੀਵਰਸਰੀ ਆ ਗਈ, ਇਹ ਤਾਂ ਜਮਾਈ ਜੋੜ ਸਾ ਹੋ ਰਿਹਾ। ਔਰ ਮੇਰੀ ਕੋਈ ਬਾਣੀ ਸੀ ਹੈ ਬਈ ਜਿਸ ਕੀ ਐਨੀਵਰਸਰੀ ਹੋਤੀ ਔਰ ਜਿਸ ਨੇ ਫੀਲ ਨਹੀਂ ਆਤੀ ਔਕਾਜ ਕੁਛ ਹੈ, ਮਤਲਬ ਯੋ ਤੋ ਮਾਨ ਲਿਆ ਅਗਰ 8-10 ਸਾਲ ਪੁਰਾਣੀ ਸ਼ਾਦੀ ਹੋ ਜਾਏ ਜਬ ਤੋ ਨੋਰਮਲ ਦਿਨ, ਜਿਸ ਕੀ ਫਸਟ ਐਨੀਵਰਸਰੀ ਵੀ ਮੇਰੀ ਤੋਂ ਯੂੰ ਹੋ ਗਈ ਥੀ, ਸੈਕਿੰਡ ਵੀ ਮੇਰੇ ਖਿਆਲ ਮੈਂ ਅੱਗੇ ਵੀ ਨਹੀਂ ਹੋ ਜਾਵੇ। ਦੇ ਦਿਓ ਮਿੱਠੂ ਨਹੀਂ ਦੋਗੇ, ਮੇਰੀ ਸਾਸ ਨੇ ਕਾਫੀ ਅੱਛਾ ਸੂਟ ਸੀ ਰੱਖਿਆ ਮੇਰਾ, ਹੈ ਨਾ, ਇਹ ਮੇਰੀ ਸਾਸ ਕੀ ਤਰਫ ਸੇ ਗਿਫਟ ਲਗਾ ਲੈਤੀ ਹੂੰ ਮੈਂ, ਉਹਨੇ ਇਤਨਾ ਪਿਆਰਾ ਗਿਫਟ ਦਿਆ ਮੇਰੇ ਕੋ, ਦੇਖੋ ਰੈੱਡ ਸਾ ਕਲਰ ਸ਼ੋ ਹੋ ਰਿਹਾ ਆਪਕੋ, ਹੈ ਨਾ, ਅਲੱਗ ਹੀ ਕਲਰ ਹੈ ਤੋ ਵੈਸੇ ਰੈੱਡ ਕੀ ਸ਼ੇਡ, ਚਲੋ ਲੇਕਿਨ ਜੈਸਾ ਵੀ ਅੱਛਾ ਹੈ, ਕੁਛ ਤੋਂ ਮਿਲ ਗਿਆ, ਹੈ ਨਾ, ਕਈ ਤੋਂ ਵਿਚਾਰੀ ਬਹਿਨੇ ਐਸੀ ਹੋਊਗੀ ਜਿਹਨਾਂ ਕੋ ਸੂਟ ਵੀ ਨਹੀਂ ਮਿਲਤਾ ਹੋਏਗਾ ਐਨੀਵਰਸਰੀ ਪੇ, ਬੜਾ ਉਹਨਾਂ ਤੋਂ ਜੀ ਦੁਖਤਾ ਹੋਏਗਾ, ਆਜ ਕੀ ਉਸ ਮੈਂ ਆ ਕੇ 21st century ਮੈਂ ਹੋ ਕੇ। ਬਈ ਮੈਂ ਇੱਕ ਵਾਰ ਜਾਊਂ ਰੋਹਤਕ, ਕਿਉਂਕਿ ਸਭਸੇ ਪਹਿਲੇ ਤੋਂ ਚਸ਼ਮਾ ਬਣਵਾਉਂਗੀ ਵਹਾਂ ਜਾ ਕੇ, ਔਰ ਖਾਲੀ ਪੇਟ ਹੀ ਜਾ ਰਹੀ ਹੂੰ ਕਿਉਂਕਿ ਮੰਮੀ ਕੀ ਤਬੀਅਤ ਹੈ ਖਰਾਬ ਔਰ ਮੇਰੇ ਕੋ ਹੋ ਰਿਹਾ ਲੇਟ, ਅਗਰ ਮੈਂ ਖਾਣੇ ਬੈਠ ਗਈ ਤਾਂ ਵਹੀ ਲੇਟ ਹੋ ਜਾਏਗਾ, ਔਰ ਬਾਰਿਸ਼ ਕਾ ਮੌਸਮ ਹੋ ਰਿਹਾ, ਤੋ ਅਗਰ ਭੁੱਖ ਲੱਗੀ ਤਾਂ ਵਹੀ ਖਾ ਲੂੰਗੀ ਕੁਛ, ਪਹਿਲੇ ਜਾ ਕੇ ਕੰਮ ਕਰਵਾਤੀ ਹੂੰ, ਚਲੀ ਮਿਲਦੇ ਹਾਂ ਰੋਹਤਕ ਪਹੁੰਚ ਕੇ। ਤੋ ਆਪਾਂ ਹੋ ਗਏ ਰੈਡੀ ਔਰ ਨਕਾਬ ਵੀ ਬਾਂਧ ਲਿਆ ਹੈ, ਔਰ ਇਹ ਆਪਣੀ ਫਾਈਨਲ ਲੁੱਕ ਅੱਜ ਕੀ, ਮਿਲਦੇ ਹਾਂ ਰੋਹਤਕ ਪਹੁੰਚ ਕੇ। ਜੈ ਦਾਦਾ ਮਾਲ ਦੇ, ਅੱਜ ਨਾ ਬਿਨਾਂ ਚਸ਼ਮੇ ਜਾ ਰਹੀ ਹੂੰ, ਰਾਮ ਨਾਮ ਜਪਦੇ ਹੋਏ ਜਾਣਾ ਹੈ, ਕੋਈ ਰਾਮ ਨਾਮ ਸੱਤੇ ਹੀ ਨਾ ਹੋ ਜੇ, ਕਿਉਂਕਿ ਬਈ ਆਈ ਸਾਈਡ ਕਾਫੀ ਵੀਕ ਹੋ ਰਹੀ ਹੈ, ਔਰ ਐਸੇ
मैं चला नहीं पाऊंगी एक्टिवा, धीरे धीरे जाना पड़ेगा। और यहाँ फाइनली मैं सीधा रोहतक पहुंच के चश्मे वाली दुकान पे ही आ गई थी रेलवे रोड पे। ये अनेजा ऑप्टिक्स वाले तो बहुत अच्छे चश्मे, मतलब इसके फ्रेम मेरे को बहुत पसंद आते हैं, लेटेस्ट हैं एकदम। और यहाँ मेरे को दो तीन फ्रेम पसंद आ गए थे, बस मैं वही ट्राई कर करके देख रही थी। और भैया से भी पूछ रही थी, भैया कौन सा सही लगेगा वो बता दो, लेटेस्ट कौन से हैं। और चश्मा फाइनल मैंने कर लिया है और अब निकलती हूँ सीधा अपना झज्जर की तरफ। सो गाइस फाइनली मैं पहुँच चुकी हूँ झज्जर, और ये है अपना पिज़्ज़ा गॉड। इतनी जोर की भूख लगी थी ना, और ना इतना ट्रैवल करके 20 किलोमीटर तो पहले रोहतक आई और रोहतक से 35 किलोमीटर यहाँ झज्जर आई, और बहुत भूख लगी है ज़बरदस्त। तो मैंने अभी पास्ता ऑर्डर किया है, अभी खा के फिर मैं जाऊँगी क्वार्टर पे, क्वार्टर पे से उठाऊँगी ड्रेस। और ये देखो ये बनवाया मैंने चश्मा, कैसा लगा? 600 का बढ़िया, मतलब वो भैया ना थोड़े जानते हैं मैं हमेशा उन्हीं से बनवाती हूँ, तो इस करके वो थोड़ा ठीक लगा के ही बना देते हैं मेरा। तो अभी एक बार आ जाए पास्ता, थोड़ी देर में मिलती हूँ मैं आपसे। देखो मैं तब से ऐसे ही बैठी हूँ, चुन्नी हटाना ही भूल गई। दिस इज माय लुक। पफ की तो बैंड बजी। पास्ता अपना आ गया है तैयार होके, ये सॉस और दे दिया। खा लेते हैं अपना व्हाइट सॉस पास्ता। शक्ल में तो ठीक ठाक दिख रहा है, खा के देखती हूँ कैसा लगता है। ठीक है टेस्ट भी, जिस हिसाब का इनका रेस्टोरेंट दिख रहा है उस हिसाब से ठीक ही है। फाइनली मैं आई हूँ अभी बस क्वार्टर पे, और ये देखो आप लोगों को दिखाती हूँ, किसी किसी को तो ये झूठ लगता होगा कि मैं झूठ बोलूँ, मेरा ताड़ा नहीं तोड़ा किसी ने, देखो टूटा हुआ ताड़ा ये रखा, चोट भी लगी दिखती होगी। और जो न्यू लॉक है ना उसकी चाबी मैंने अभी नीचे 218 नंबर से ली है दीदी से, को मेरे को तो लगानी भी नहीं आई, इतना ऐसी अजीब सी की थी, भारी भरकम। ये देखो ये जो लगा हुआ था बस मैंने आके अभी उतार के रखा है। और क्वार्टर की हालत बस क्या ही बताऊँ, बिल्कुल धज्जियाँ सी उड़ चुकी हैं। संभाल लेती हूँ मैं मेरी वर्दी वगैरह ले लेती हूँ। ऐसी ही पड़ी है वर्दी भी मेरी, 1.5 साल हो गया फिर डाल ले, पता नहीं आएगी भी या नहीं आएगी। शर्ट के अंदर कपड़ा तो है भाई, मेरे ख्याल से तो खुल जाना चाहिए, आ जाना चाहिए। गाइस एक हैरानी की बात है, अब मैं ना मतलब उतनी मोटी नहीं हुई हूँ कि भाई साइज मेरा XXX XXL जो मैं सोचती थी, और वर्दी मेरे सही से आ रही है। मतलब शर्ट है हल्की फुल्की खुलवानी पड़ेगी, हल्की फुल्की पैंट खुलवानी पड़ेगी, ज़्यादा नहीं है जो मेरी फिटनेस थी। तो भैया मैं आपको बैक कैमरा करके दिखा, सिलवटे हो रखी हैं वर्दी में, क्योंकि पता नहीं कब से ऐसे ही पड़ी थी। तो बस हल्की सी शर्ट खुलवानी, हल्की सी पैंट, और मामला सेट है। बस मेन था मेरा यही वर्दी का चेंज करके, अभी मैं जाती हूँ अपना घर, क्योंकि नवीन सवेरे दूध पिया था, भूखी हो रही होगी।
ओके, मिलते हैं घर पहुंच के। मम्मा को हैप्पी एनिवर्सरी बोलो। हैप्पी एनिवर्सरी। देखो माथे के बिल्कुल बीच में मच्छर काट के गया है। हाँ, हैप्पी एनिवर्सरी टू मम्मा। हैप्पी एनिवर्सरी नहीं बोलेगी। अच्छा, मम्मा को मिठो कैसे दोगे आप? ऐसे कौन देता है गंदा बच्चा? ऐसे मैं कहूंगी ना मम्मा को मिठो कैसे, ऐसे कर देंगे। तो गाइज, मैं पहुंच चुकी थी घर और इसी के साथ करते हैं हम अपनी एनिवर्सरी का आज का समापन। और ऐसे मैंने पूरे दिन अकेले अपने की एनिवर्सरी सेलिब्रेट सेलिब्रेट तो क्या की, बट यहाँ काम जरूरी थे। देख लो आई, दोनों मम्मा बेटा रेड रेड हो रहे हैं। तो मिलते हैं एक नई वीडियो के साथ, तब तक बने रहिए। किसको बुला रहे हो? पापा को? पापा तो नहीं आएंगे बेटा, पापा पासिंग आउट के बाद आएंगे, अभी 3-4 महीने हो रहे हैं। हाँ कोई बात नहीं, पापा अच्छे से अपनी ट्रेनिंग कर ले, आप ऐसे बोलो फिर आ जाएंगे। हाँ तो बाय बाय गाइस, मिलते हैं।